जी अस्सलाम वालेकुम जी, सत श्री अकाल। जिवें तुहानू दस्सिया सी कि असीं जा रहे हां शाही किले। इह जिहड़ा किला इहदे ते वख वख लोकां ने राज कीता, समें दे नाल नाल नवीआं सरकारां आउंदीआं रहीआं। महाराजा रणजीत सिंह दा वी राज रिहा, मुगलिया खानदान दा वी राज रिहा। हज़ारां साल पुराना किला जी, ते नाल मेरे सुखी बल जी ने जिहड़े वैसे तां आस्ट्रेलिया तों ने। थैंक यू सो मच अंजुम जी, ਤੁਸੀਂ ਸਾਨੂੰ ਇੱਥੇ ਲੈ ਕੇ ਆਏ ਅਤੇ ਰਾਈਟ ਨਾਓ ਆਪਾਂ ਜਿੱਥੇ ਖੜ੍ਹੇ ਹਾਂ, ਇਹ ਇਹਨੂੰ ਸ਼ਾਹੀ ਬੁਰਜ ਗੇਟ, ਸ਼ਾਹੀ ਕਿਲ੍ਹਾ, ਹਾਂਜੀ ਸ਼ਾਹੀ ਕਿਲ੍ਹੇ ਦਾ ਆ ਸ਼ਾਹੀ ਬੁਰਜ ਗੇਟ, ਜਿਵੇਂ ਕਿ ਉੱਥੇ ਲਿਖਿਆ ਸੀਗਾ। ਅਤੇ ਜਿਹੜੀ ਇਹ ਉੱਥੇ ਲਿਖਣ ਦੇ ਮੁਤਾਬਿਕ ਇਹ ਜਿਹੜੀ ਮੇਨ ਐਂਟਰੈਂਸ ਸੀਗੀ ਉਸ ਟਾਈਮ, ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨੂੰ ਕਨਵਰਟ ਕੀਤਾ ਸ਼ਾਹੀ ਮਹਿਲ 'ਚ, ਸ਼ੀਸ਼ ਮਹਿਲ ਅੰਦਰ ਜਿਹੜਾ ਉਹਨੂੰ ਰਿਹਾਇਸ਼ ਰੱਖੀ ਸੀ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ। ਹਾਂਜੀ, ਉੱਥੇ ਵੀ ਜਾਵਾਂਗੇ। ਹਾਂਜੀ, ਅਤੇ ਇਹ ਆਰਟ ਵਰਕ ਕਰਕੇ ਕਾਫੀ ਜ਼ਿਆਦਾ ਪਾਪੂਲਰ, ਅਤੇ ਉਸ ਤੋਂ ਬਾਅਦ ਜਿਹੜਾ ਬ੍ਰਿਟਿਸ਼ਰਸ ਦਾ ਟਾਈਮ ਆਇਆ ਅਤੇ ਉਹਨਾਂ ਨੇ ਵੀ ਜੋ ਆਪਣੀਆਂ ਆਰਮੀ ਮਿਲਟਰੀ ਅਤੇ ਗੰਸ, ਹਾਂਜੀ, ਅਤੇ ਉਹ ਸਾਰੀ ਇਹੀ ਐਂਟਰੈਂਸ ਸੀਗੀ ਜਿਹੜਾ ਉਹਨਾਂ ਨੇ ਇਹਨੂੰ ਕਨਵਰਟ ਕੀਤਾ। ਅੰਦਰ ਮਹਾਰਾਜਾ ਸ਼ੇਰ ਸਿੰਘ ਔਰ ਦੂਸਰਾ ਹੋਰ ਸਾਰਾ ਸਿੱਖ ਹਿਸਟਰੀ ਦੇ ਰਿਲੇਟਡ ਵੀ ਕਾਫੀ ਚੀਜ਼ਾਂ ਨੇ, ਉਹ ਵੀ ਵੇਖਨੇ ਆ। ਨਾਲ ਸਿੱਖ ਗੈਲਰੀ ਵੀ ਹੈ, ਮਿਊਜ਼ੀਅਮ ਵੀ ਹੈ ਜੀ, ਉਹਦੇ ਅੰਦਰ ਵੀ ਜਾਵਾਂਗੇ ਜੀ। ਆ ਜਾਓ, ਨਾਲ ਨਾਲ ਗੱਲਬਾਤ ਕਰਦੇ ਜਾਵਾਂਗੇ ਜੀ। ਇਹ ਜਿਵੇਂ ਕਿ ਐਂਟਰੈਂਸ ਤੋਂ ਹੀ ਨਾ ਬੜਾ ਵਿਸ਼ਾਲ ਮਹਿਲ ਮਹਿਸੂਸ ਹੋ ਰਿਹਾ ਕਿ ਬਹੁਤ ਹੀ ਵੱਡਾ ਮਹਿਲ ਹੈ। ਸੋ ਇੱਧਰ ਜਿਹੜਾ ਇੱਧਰੋਂ ਦੀ ਹਾਥੀ ਜਿਹੜਾ ਲੈ ਕੇ ਜਾਂਦੇ ਹੁੰਦੇ ਸਨ ਜੀ, ਉਹ ਹੈ, ਅਤੇ ਦੂਸਰੀ ਸਾਈਡ ਤੋਂ ਇੱਧਰੋਂ ਜਿਹੜਾ ਦੂਸਰਾ ਰਸਤਾ ਹੈ। ਵੈਸੇ ਹੁਣ ਇਹਨਾਂ ਸੜਕ ਬਣਾ ਦਿੱਤੀ, ਅਸੀਂ ਚੱਲਦੇ ਅੱਗੇ ਚੱਲਦੇ, ਨਾਲ ਨਾਲ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ। ਫਾਈਨਲੀ ਸਾਡੀ ਜਿਹੜੀ ਐਂਟਰੀ ਕਿਲ੍ਹੇ ਦੇ ਵਿੱਚ ਹੋ ਚੁੱਕੀ ਆ, ਅਤੇ ਕਿਲ੍ਹੇ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੇ ਤੁਸੀਂ ਇੱਥੇ ਫੋਰਨ ਟੂਰਿਸਟ ਹੋ ਤਾਂ ਤੁਹਾਨੂੰ 500 ਪਾਕਿਸਤਾਨੀ ਰੁਪਏ ਜਿਹੜੇ ਦੇਣੇ ਪੈਣਗੇ, ਅਤੇ ਜੇ ਤੁਸੀਂ ਇੱਥੇ ਦੇ ਬਸ਼ਿੰਦੇ ਹੋ ਤਾਂ ਤੁਹਾਨੂੰ ਰੁਪਈਏ 50 ਪਾਕਿਸਤਾਨੀ ਜਿਹੜੇ ਉਹ ਦੇਣ ਪੈਣਗੇ, ਅਤੇ ਬੱਚੇ ਜਿਹੜੇ 5 ਸਾਲ ਤੋਂ ਥੱਲੇ ਉਹ ਫ੍ਰੀ ਨੇ। ਅਤੇ ਬਾਕੀ ਅਸੀਂ ਸ਼ੁਰੂਆਤ ਕਰਦੇ ਹਾਂ ਇਸ ਹਿੱਸੇ ਤੋਂ ਜਿਹੜੀ ਕਿ ਬਹੁਤ ਸੋਹਣੀ ਸੋਹਣੀ ਨਿਕਾਸ਼ੀਆਂ ਕੀਤੀਆਂ ਹੋਈਆਂ। ਆ ਐਂਟਰੈਂਸ ਦੱਸਦੇ ਨੇ ਵੀ ਇਹ ਹਾਥੀਆਂ ਦੀ ਐਂਟਰੈਂਸ ਸੀਗੀ, ਉੱਧਰ ਨੋਰਮਲ ਜਿਹੜੇ ਪੈਦਲ ਜਾਣ ਵਾਲੇ ਜਾਂ ਨੋਰਮਲ ਜਾਣ ਵਾਲੇ ਇਸ ਐਂਟਰੈਂਸ ਤੋਂ ਹਾਥੀ ਜਾਂਦੇ ਸੀਗੇ। ਸਾਡੇ ਬੰਦੇ ਵਾਵਾ, ਹਾਂ ਸਹੀ ਗੱਲ ਆ, ਕਿਉਂਕਿ ਇਹਦੀਆਂ ਪੌੜੀਆਂ ਵੀ ਜਿਹੜੀਆਂ ਤੁਸੀਂ ਦੇਖੋ ਸਟੈਪ ਬੜੇ ਵੱਡੇ ਵੱਡੇ ਬਣਾਏ ਹੋਏ ਆ। ਲਓ ਕਰ ਲਓ, ਮੈਂ ਹੀ ਕਰ ਲੈਂਦੀ ਹਾਂ, ਤੁਸੀਂ ਹੌਲੀ ਲਓ ਕਰੋਗੇ। ਠੀਕ ਹੈ ਜੀ, ਚਲੋ ਚਲੋ, ਉਹ ਲੈ ਕਰਕੇ ਆ ਰਹੇ ਨੇ, ਚਲੋ ਕੋਈ ਗੱਲ ਨਹੀਂ। ਹਾਂਜੀ ਹਾਂਜੀ ਹਾਂਜੀ, ਅਤੇ ਹੁਣ ਆਪਾਂ ਕਿੱਧਰ ਨੂੰ ਜਾ ਰਹੇ ਹਾਂ? ਵੈਸੇ ਸ਼ੀਸ਼ ਮਹਿਲ ਇੱਕ ਸਾਡੇ ਪਟਿਆਲੇ ਵੀ ਹੈਗਾ, ਉਹ ਆਪਣਾ ਮਹਾਰਾਜਾ ਭੁਪਿੰਦਰ ਸਿੰਘ ਜੀ, ਲੇਕਿਨ ਉਹ ਵੱਖੋ ਵੱਖ ਸਾਰਿਆਂ ਆਪਣੇ ਹਿਸਾਬ ਨਾਲ ਬਣਾਇਆ। ਹਾਂਜੀ, ਇਹ ਤਾਂ ਸ਼ਾਹੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਾਹੀ ਜੀ, ਅਤੇ ਆਸਿਫ ਖਾਨ ਸ਼ੀਸ਼ ਮਹਿਲ ਦੀ ਬਿਲਕੁਲ ਐਂਟਰੈਂਸ ਦੇ ਉੱਤੇ ਅਸੀਂ ਖੜ੍ਹੇ ਹਾਂ, ਅਤੇ ਇਹ ਮਹਿਲ ਸੁਣਨ 'ਚ ਆਇਆ ਕਿ ਬਹੁਤ ਹੀ ਸੋਹਣਾ, ਅਤੇ ਤਰ੍ਹਾਂ ਤਰ੍ਹਾਂ ਦੇ ਸ਼ੀਸ਼ੇ ਇਹਦੇ ਵਿੱਚ ਲੱਗੇ ਹੋਏ ਨੇ ਜੀ, ਅਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਆਰਟ ਵਰਕ ਆ ਅਤੇ ਉਹ ਦੇਖ ਕੇ ਦੰਗ ਰਹਿ ਜਾਣ ਵਾਲੀਆਂ ਚੀਜ਼ਾਂ ਨੇ, ਅਤੇ ਵਿੱਚ ਕਾਫੀ ਹੋਰ ਵੀ ਜਿੱਦਾਂ ਕੋਰਟ ਹਾਊਸ ਵੀ ਉਹਨਾਂ ਦਾ ਬਣਿਆ, ਕੋਰਟ ਹਾਊਸ, ਫਿਰ ਮਹਾਰਾਜਾ ਰਣਜੀਤ ਸਿੰਘ ਦੀ ਰਿਹਾਇਸ਼ਗਾਹ ਵੀ ਇੱਥੇ ਜੀ ਜੀ, ਅਤੇ ਹੋਰ ਵੀ ਬਹੁਤ ਚੀਜ਼ਾਂ ਨੇ, ਜਿਵੇਂ ਉੱਥੇ ਪੱਥਰ ਲੱਗਾ ਜਿੰਨਾ ਵੀ ਉਹ ਪੱਥਰ ਦੇ ਹਰ ਟਾਇਲ ਦੇ ਥੱਲੋਂ ਨਾ ਨਾਲੀ ਥੱਲੇ ਪਾਣੀ ਚਲਾਉਣ ਵਾਸਤੇ ਉਹਨਾਂ ਨੇ ਇੱਕ ਖਾਲੀ ਬਣਾਈ, ਉੱਪਰ ਪੱਥਰ ਲਾਇਆ ਤਾਂ ਕਿ ਉਹ ਠੰਡਾ ਰਹੇ, ਅਤੇ ਇਹ ਵੀ ਇਹਨਾਂ ਚੀਜ਼ਾਂ ਸਾਰੀਆਂ ਦਾ ਬਹੁਤ ਧਿਆਨ ਰੱਖਿਆ ਉਹਨਾਂ ਨੇ, ਅਤੇ ਦਰਿਆ ਦੇ ਉੱਤੇ ਸੀ, ਫਿਰ ਇੱਥੇ ਵੇਖੋ ਕਿ ਪਾਣੀ ਕਿਵੇਂ ਉੱਤੇ ਆਉਂਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਅਤੇ ਨਾਲ ਨਾਲ ਅੱਗੇ ਚੱਲਦੇ ਆਪਾਂ ਸ਼ੀਸ਼ ਮਹਿਲ ਦਿਖਾਉਂਦੇ ਹਾਂ, ਅੰਦਰ ਜਾ ਕੇ ਜਿਹੜੀ ਚੀਜ਼ਾਂ ਨੇ ਉਹ ਵੀ ਦਿਖਾਵਾਂਗੇ ਆਪਾਂ। ਇੱਧਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਇੱਥੇ ਅਦਾਲਤ ਲਾਉਂਦੇ ਹੁੰਦੇ ਸਨ। ਅੱਛਾ, ਇਹ ਉਹਨਾਂ ਦਾ ਕੋਰਟ ਹਾਊਸ, ਉਹ ਉੱਚੇ ਬੁਰਜ ਲਾਹੌਰ ਦੇ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉੱਚੇ ਬੁਰਜ ਲਾਹੌਰ ਦੇ ਨੇ, ਇਹ ਉੱਚੇ ਬੁਰਜ ਲਾਹੌਰ ਦੇ, ਉੱਚਾ ਬੁਰਜ ਲਾਹੌਰ ਤਾਂ ਆਪਣੇ ਬਹੁਤ ਸਾਰੀਆਂ ਚੀਜ਼ਾਂ ਚ ਸ਼ੀਸ਼ ਮਹਿਲ ਦੇ ਉੱਪਰ ਹੈ, ਕੁਝ ਲੋਕ ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ ਆ, ਕਿਉਂਕਿ ਇਹਦੇ ਚਾਰੇ ਪਾਸੇ ਉਹ ਦਰਵਾਜ਼ੇ ਨੇ। ਮੈਨੂੰ ਇਹਦੇ ਬਾਰੇ ਥੋੜਾ ਕੋਈ ਕਲੀਅਰ ਨਹੀਂ ਗਾ, ਇਸ ਕਰਕੇ ਆਪਾਂ ਕਹਿ ਨਹੀਂ ਸਕਦੇ, ਤੇ ਕਿਸੇ ਨੂੰ ਆਪਾਂ ਪੁੱਛਾਂਗੇ ਉਹ ਵੀ, ਤੇ ਆਪਾਂ ਹੁਣ ਸ਼ੀਸ਼ ਮਹਿਲ ਦੇ ਅੰਦਰ ਚੱਲਦੇ ਆ ਇੱਧਰ ਜੀ, ਤੇ
ਕਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਈਵਨ ਦੋ ਆਪਣੇ ਕੋਲੋਂ ਵੀ ਤੁਹਾਡੇ ਕੋਲੋਂ ਵੀ ਕਈ ਚੀਜ਼ਾਂ ਰਹਿ ਵੀ ਜਾਣਗੀਆਂ ਤੇ ਕਾਫੀ ਹੱਦ ਤੱਕ ਤਾਂ ਆਪਾਂ ਜੋ ਲਿਖਿਆ ਉਹਦੇ ਅਕੋਰਡਿੰਗ ਹੀ ਦੱਸ ਰਹੇ ਹਾਂ ਬਿਲਕੁਲ ਪਰ ਜਦੋਂ ਵੀ ਕੋਈ ਪੁਰਾਣਾ ਬੰਦਾ ਮਿਲਦਾ ਜਾਂ ਜਿਹਨੂੰ ਐਗਜੈਕਟਲੀ ਪੂਰੀ ਨੌਲੇਜ ਹੁੰਦੀ ਆ ਉਹਨਾਂ ਤੋਂ ਪੁੱਛਿਆ ਵੀ ਜਾ ਸਕਦਾ ਜਿਹੜਾ ਜ਼ਿਆਦਾ ਹੁਣ ਇਹ ਸੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਜਿਹਦੇ ਨੀਚੇ ਪਾਣੀ ਦਾ ਇਹ ਥੱਲੇ ਸਾਰੇ ਪਾਣੀ ਚੱਲਦਾ ਇਹਦੇ ਨਾ ਜੀ ਜੀ ਤੁਸੀਂ ਜਿੰਨਾ ਵੀ ਵੇਖੋਗੇ ਇੱਥੇ ਕੋਈ ਨਾ ਕੋਈ ਟਾਇਲ ਹੋਣੀ ਆ ਜਿਹਨੂੰ ਅਸੀਂ ਉੱਤੇ ਕਰਕੇ ਨਹੀਂ ਆ ਜਿਹੜਾ ਪਾਣੀ ਨਿਕਲਿਆ ਹੋਇਆ ਇਹ ਉਹਦੇ ਚੋਂ ਨਿਕਲਿਆ ਹੋਊਗਾ ਫਿਰ ਨਹੀਂ ਇਹ ਬਾਰਿਸ਼ ਪਈ ਇਹ ਬਾਰਿਸ਼ ਦਾ ਉਹਦਾ ਪਾਣੀ ਹੈ ਲੇਕਿਨ ਇਹ ਨਹੀਂ ਉਸ ਉਹਨਾਂ ਟਾਈਮਾਂ 'ਚ ਪਾਣੀ ਚੱਲਦਾ ਸੀ ਤਾਂ ਕਿ ਪੱਥਰ ਗਰਮ ਨਾ ਹੋਵੇ ਇੱਥੇ ਜਿਹੜੀਆਂ ਰਾਣੀਆਂ ਸੀ ਜਿਹੜੇ ਰਾਜਿਆਂ ਦੀਆਂ ਉਹ ਇੱਥੇ ਰਹਿੰਦੀਆਂ ਸੀ ਉਹਨਾਂ ਦੀ ਰਿਹਾਇਸ਼ ਸੀ ਤੇ ਉਹਦਾ ਕਰਕੇ ਹੋ ਸਕਦਾ ਕੋਈ ਨਾ ਕੋਈ ਇੱਥੇ ਇਹ ਵੇਖੋ ਇਹ ਸਾਰੇ ਜਿੰਨੇ ਵੀ ਤੁਸੀਂ ਵੇਖੋਗੇ ਨਾ ਜਿੰਨੀ ਸਾਰੇ ਦੇ ਥੱਲੇ ਹੈ ਮਤਲਬ ਉਹਨਾਂ ਨੇ ਆਪਣੇ ਰਹਿਣ ਵਾਸਤੇ ਰਿਹਾਇਸ਼ ਲਈ ਸਾਰੇ ਜਿੰਨੀਆਂ ਸਹੂਲਤਾਂ ਸੀ ਉਹਨਾਂ ਟਾਈਮਾਂ 'ਚ ਸਾਰੀਆਂ ਆਪਣੀਆਂ ਉਹ ਰੱਖੀਆਂ ਸੀ ਤੇ ਇਹ ਸ਼ੀਸ਼ ਮਹਿਲ ਹੈ ਪਰ ਇਹ ਬੜੀ ਕਮਾਲ ਦੀ ਗੱਲ ਹੈ ਹਾਂਜੀ ਕਿ ਉੱਪਰ ਤੁਸੀਂ ਇਹਦੇ ਮਾਰਬਲ ਤੇ ਹੇਠਾਂ ਤੁਸੀਂ ਦੇਖ ਲਓ ਨਾ ਕਿ ਉਹਨਾਂ ਦਾ ਮਤਲਬ ਦਿਮਾਗ ਜਿਹੜਾ ਸੀ ਉਹ ਕਿੰਨਾ ਫਿਰ ਇਹ ਪਾਣੀ ਹੁਣ ਥੱਲੋਂ ਆ ਕਿੰਨਾ ਉੱਚਾ ਹੈ ਲਾਹੌਰ ਤੋਂ ਦਰਿਆ ਤੋਂ ਤੇ ਥੱਲੋਂ ਪਾਣੀ ਆਉਂਦਾ ਹੁੰਦਾ ਸੀ ਉੱਪਰ ਇਹ ਪਾਣੀ ਚੱਲਦਾ ਸੀ ਥੱਲੇ ਤੇ ਉਹੀ ਨਾ ਕਮਾਲ ਦਾ ਆਰਕੀਟੈਕਟ ਕਮਾਲ ਮੈਨੂੰ ਲੱਗ ਰਿਹਾ ਕਿ ਕੁੜੀ ਇਹਦਾ ਉਹ ਕਰ ਰਹੀ ਹੈ ਭਾਜੀ ਪੋਰਟਰੇਟ ਬਣਾ ਰਹੀ ਹੈ ਭਾਜੀ ਦੇ ਪੇਟੀ ਭਰਾ ਨੇ ਹੈਲੋ ਜੀ ਕੈਸੇ ਹੋ ਠੀਕ ਠਾਕ ਆਪਕੇ ਬਸ ਬਹੁਤ ਵਧੀਆ ਪੰਜਾਬੀ ਆਉਂਦੀ ਤੁਹਾਨੂੰ समझ आती है चलो कोई बात नहीं हिंदी में बात कर लेते हैं ठीक है तो हम आए थे शीश महल देखने तो ये हमने सारा देखा तो आपको कुछ और नॉलेज है कि शीश महल के बारे में ये जो सामने बिल्डिंग है ये क्या ये जो सामने बिल्डिंग है ये इसको नौलखा कहते हैं और कहा जाता है कि ये उस टाइम में मुग़लों के टाइम पे ये 9 लाख का बना था और ये दुनिया के हर जगह से स्पेशली ईरान से और तुर्की से प्रेशियस स्टोन्स लाए थे रूबी और इस तरह के जी तो वो इसके अंदर कारीगरों ने हाथ से इसके अंदर एम्बेड किए हुए हैं तो ये और इस पर एक और चीज़ ये कि प्रेशियस स्टोन्स का पता तब चलता है जब आप उनके ऊपर लाइट टॉर्च डालते हो अच्छा। अगर आप उनके ऊपर टॉर्च डालोगे तो वो ग्लो होती हैं तब ग्लो होते हैं जी okay. जब आप तो अभी प्रेजेंट हैं उसमें थोड़े बहुत हैं कुछ पार्टीशन के टाइम पे निकाल दिए गए फिर कुछ उसके बाद निकाल दिए गए अब बिल्कुल थोड़े थोड़े से हैं जो हैं अगर आप उनके ऊपर टॉर्च डालें तो फिर वो ग्लो करेंगे जी जी चलो नेक्स्ट हम उसी पे चलते हैं तो इसके अंदर ये तो 9 लाख हो गया जी. और ये जो है दिस इज काइंड ऑफ उनके नहाने का हाँ यहाँ पे गर्मियों में ठंडा पानी आता है और सर्दियों में गर्म पानी आता है ये बेसिकली वुमेन का एरिया था यहाँ पे तो वो उनके लिए यहाँ पे एक फाउंटेन टाइप का बनाया था और फिर यहाँ पे दरमियान में परफॉर्मेंसेस वगैरह भी होती थी जी ये बड़ी अनोखी बात है ना इतना ऊंचे लेवल पे ये किला बनाया तो वहाँ पे गर्मियों में ठंडा पानी और सर्दियों में गर्म पानी मतलब वो प्रोवाइड करना इट्स अमेजिंग जी जी यहाँ से आता था यही से एक गर्म और ठंडा पानी फाउंटेन टाइप की चीज़ है और ये इंटरनल हीटिंग टाइप की कुछ बनाई हुई थी तो जब सर्दियों में यहाँ पे गर्म पानी इससे आता था सर उसका मुझे कोई आइडिया नहीं तो इसके अंदर जो ये जो महल है ये उनका रेजिडेंस ये उनका रेजिडेंस है जी यहाँ पे कॉन्वेक्स और कॉन्केव लेंसेज लगाए हुए मिरर्स लगाए हुए तो अगर आप वहाँ पे भी जाके अगर आप टॉर्च दीवार की तरफ ऊपर छत की तरफ करते हैं तो ऐसा लगता है जैसे तारे हैं ऊपर सारे क्योंकि वो रिफ्लेक्ट करती है लाइट वहाँ और कहा जाता है या और कहा जाता है कि जो क्वीन थी उन्होंने प्रिंस से किंग से ये कहा था कि मुझे ना तारे ऐसे ऐसे घर में रहना है जहाँ पे तारे नजर आते हो तो बस फिर उन्होंने हर जगह से ये कॉन्केव और कॉन्वेक्स मिरर्स लगवा के फिर उनके लिए ये इफेक्ट दिया था तो ये तो हुई ना राजो महराजो वाली बात है ना अपनी बीवी के लिए और उनको पसंद नहीं आया था ये अच्छा नहीं ये भी इम्पोर्टेंट बात है कि ये तो सबको पता है कि ये बनवाया था लेकिन उनको पसंद नहीं आया था नहीं थैंक यू सो मच फॉर शेयरिंग ऑल द इंफॉर्मेशन थैंक यू सो मच हाँ जी जिवें कि हुणे ही साडी भैण ने सानूं 9 लाखा जिहड़ी आवली इमारत दा नाम 9 लाखा इहदे बारे इनफॉर्मेशन दित्ती ते एक्साइटिंग चीज़ है कि टॉर्च मार के लैट सी कि की दिखदा ते किन्नी क चमक है ते पर जिवें उन्होंने दस्या कि काफ़ी हद तक जिहड़े स्टोन सीगे तां उह निकल चुके सीगे ते पार्टीशन वेले भी कढ दित्ते गए सी उस तों बाद दे विच वी
ਤੇ ਥੋੜੇ ਮੋਟੇ ਬੱਚੇ ਨੇ ਲੈਟਸ ਸੀ ਆਪਾਂ ਨੂੰ ਕਿੰਨੇ ਕੁ ਦਿਖਦੇ ਨੇ ਆ ਜਾਓ ਹਾਂਜੀ ਹੁਣ ਅਸੀਂ ਐਂਟਰ ਕਰ ਰਹੇ ਹਾਂ ਨੌਲਖਾ ਬਿਲਡਿੰਗ 'ਚ ਅਤੇ ਜਿਵੇਂ ਕਿ ਆਪਾਂ ਸਟਾਰਟ ਤੋਂ ਦੇਖ ਰਹੇ ਹਾਂ ਹੈ ਨਾ ਇਹ ਜਿਹੜੀ ਮੀਨਾਕਾਰੀ ਇਹ ਜਿਹੜੇ ਕਲਰਸ ਜਿਹੜੇ ਹੁਣ ਤੱਕ ਨਹੀਂ ਖਰਾਬ ਹੋਏ ਮਾਰਬਲ ਦੇ ਉੱਪਰ ਨੇ ਹੈ ਨਾ ਬਹੁਤ ਹੀ ਪਿਆਰੇ ਅਤੇ ਬਹੁਤ ਹੀ ਸੋਹਣੇ ਲੱਗਦੇ ਨੇ ਅਤੇ ਇੱਥੇ ਵੀ ਸਾਰਾ ਕੰਮ ਜਿਹੜਾ ਹੈਗਾ ਉਹ ਮਾਰਬਲ ਦਾ ਹੋਇਆ ਅਤੇ ਆਹ ਮਾਰਬਲ ਅੱਜ ਕੱਲ੍ਹ ਦੀਆਂ ਵੀ ਨੇ ਪਰ ਇਹਨਾਂ ਨੂੰ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਕਿ ਉਹ ਜਿਹੜੇ ਉਸ ਟਾਈਮ ਦੇ ਵਿੱਚ ਇਹ ਕਲਰ ਇਹ ਕਿੰਨੀ ਮਿਹਨਤ ਦਾ ਕੰਮ ਹੈ ਅਤੇ ਅਲੱਗ ਅਲੱਗ ਡਿਜ਼ਾਈਨ ਮਾਰਬਲ ਦੇ ਇੱਥੇ ਦੇਖਣ ਨੂੰ ਮਿਲਦੇ ਨੇ ਅਤੇ ਸਭ ਤੋਂ ਵਧੀਆ ਚੀਜ਼ ਅੰਜਮ ਜੀ ਮੈਨੂੰ ਇਹ ਲੱਗੀ ਵੀ ਇਹਨਾਂ ਦੇ ਦੇਖੋ ਕਲਰ ਨਹੀਂ ਹੈ ਨਾ ਖਰਾਬ ਹੋਏ ਸਾਰੀ ਛੱਤ ਤੇ ਦੇਖਦੇ ਆ ਅੱਛਾ ਉੱਪਰ ਲੱਕੜ ਲੱਗੀ ਹੈ ਉੱਪਰ ਲੱਕੜ ਦੇ ਉੱਪਰ ਫਿਰ ਮੀਨਾਕਾਰੀ ਆ ਜੀ ਤੇ ਆ ਛੱਤ ਜਿਹੜੀ ਇਹਦੇ ਚ ਮੈਨੂੰ ਸਾਰੇ ਸ਼ੀਸ਼ੇ ਦਿਖ ਰਹੇ ਨੇ ਮੈਨੂੰ ਲੱਗਦਾ ਸਟੋਨਸ ਤਾਂ ਕਾਫੀ ਹੱਦ ਤੱਕ ਕੱਢ ਦਿੱਤੇ ਗਏ ਨੇ ਬਾਕੀ ਸਾਡੇ ਮੁਲਕ ਇਹੋ ਜਿਹੇ ਨੇ ਉਹਨਾਂ ਨੇ ਰਹਿਣ ਨਹੀਂ ਦੇਣਾ ਪਰ ਇਹ ਅਸੀਂ ਵਿਰਾਸਤ ਆ ਸਾਨੂੰ ਬਹੁਤ ਉਹਦੇ ਨਾਲ ਸੰਭਾਲ ਕੇ ਰੱਖਣ ਵਾਲੀਆਂ ਚੀਜ਼ਾਂ ਨੇ ਪੂਰੀ ਦੁਨੀਆ ਤੋਂ ਮੰਗਵਾ ਕੇ ਲਾਏ ਸੀ ਦੂਸਰੀ ਟਾਰਚ ਹੋਵੇ ਨਾ ਸਾਡੇ ਕੋਲ ਤੇ ਜ਼ਿਆਦਾ ਕਲੀਅਰ ਨਜ਼ਰ ਆਏਗਾ ਜੇ ਛੋਟੀ ਹੁੰਦੀ ਤੇ ਆਪਾਂ ਏਦਾਂ ਕਰਦੇ ਹਾਂ ਕਿ ਜਿਹੜੇ ਵੀ ਆਪਾਂ ਨੂੰ ਨਜ਼ਰ ਦੱਸਣ ਦੇ ਮੁਤਾਬਿਕ ਵੀ ਜਿਹੜੇ ਇਹ ਹੈ ਨਾ ਇਹ ਉੱਪਰ ਤੁਸੀਂ ਵੇਖਦੇ ਹੋ ਇਹ ਜਿਹੜੇ ਇਹ ਥੋੜੇ ਥੋੜੇ ਜਿਹੜੇ ਹੈ ਟਾਰਚ ਇਸ ਤਰ੍ਹਾਂ ਕਰਦੇ ਤੇ ਇਹ ਇਹ ਦੇਖੋ ਹੁਣ ਹਨਾ ਜੀ ਇਧਰ ਕੈਮਰਾ ਬੱਚੋ ਲੈ ਕੇ ਆਓ ਚਮਕ ਜਿਹੜੀ ਉਹ ਆ ਜਾਂਦੀ ਹੈ ਜੀ ਇਹਦੇ ਤੋਂ ਇੱਥੇ ਵੀ ਪਤਾ ਲੱਗਦਾ ਵੀ ਜਿਹੜੇ ਕੱਢੇ ਹੋਏ ਨੇ ਨਾ ਜਿਹੜੇ ਸਟੋਨ ਇੱਥੋਂ ਨਿਕਲ ਗਏ ਜਿਹੜੇ ਹਜੇ ਹੈਗੇ ਨੇ ਪਰ ਇਹ ਸਾਡੀ ਬੜੀ ਤ੍ਰਾਸਦੀ ਹੈ ਕਿ ਸਾਡੇ ਲੋਕਾਂ ਨੂੰ ਇਹ ਸਮਝ ਹੀ ਨਹੀਂ ਹੈਗੀ ਕਿ ਇਹ ਕਿੰਨਾ ਕੀਮਤੀ ਖਜ਼ਾਨਾ ਹੈ ਚੱਲ ਜਾ ਰਹੇ ਜਿਵੇਂ ਦੱਸ ਰਹੇ ਸੀ ਤੁਹਾਨੂੰ ਇਹ ਦਿਖਾਉਂਦੇ ਹਾਂ ਅੰਦਰ ਜਾ ਕੇ ਮਾਰਬਲ ਦਾ ਕੰਮ ਕਮਾਲ ਹੈ ਮਾਰਬਲ ਦਾ ਕੰਮ ਇੱਥੇ ਵੀ ਔਰ ਇਹ ਉੱਪਰ ਜਿਹੜੀ ਹੈ ਤੁਸੀਂ ਦੇਖੋ ਨਾ ਇਹ ਕਿੰਨਾ ਕੰਮ ਕੀਤਾ ਸਾਰਾ ਸ਼ੀਸ਼ਾ ਇਸੇ ਵਜ੍ਹਾ ਤੋਂ ਇਹਨੂੰ ਸ਼ੀਸ਼ ਮਿਲ ਗਿਆ ਤੇ ਆਹ ਦੇਖੋ ਇੱਥੇ ਪੇਂਟਿੰਗਸ ਨੇ ਜਿਹੜੀਆਂ ਇੱਥੇ ਜਿਹੜਾ ਕੰਮ ਹੈ ਉਹ ਹੋ ਰਿਹਾ ਆਹ ਪੇਂਟਿੰਗਸ ਵੈਸੇ ਤਾਂ ਹੁਣ ਮਿਟ ਚੁੱਕੀਆਂ ਨੇ ਪਰ ਇਹਨਾਂ ਦਾ ਦੇਖੋ ਕਲਰ ਲੇਕਿਨ ਕਾਫੀ ਹੱਦ ਤੱਕ ਹੈ ਵਾ ਇਹਨਾਂ ਨੂੰ ਅਗਰ ਇਹ ਕੰਮ ਚੱਲਤ ਰਿਹਾ ਕਿਸੇ ਹੱਦ ਤੱਕ ਠੀਕ ਆ ਹੋ ਵੀ ਜਾਣੀ ਹੈ ਜੇਕਰ ਇਹਨਾਂ ਕੀਤੀਆਂ ਤੇ ਸੋ ਅੱਗੇ ਚੱਲਦੇ ਹਾਂ ਜੀ ਇੱਥੇ ਅਗਰ ਥੋੜ੍ਹੀ ਜਿਹੀ ਵੀ ਲਾਈਟ ਉਸ ਟਾਈਮ ਬਾਲਦੇ ਸੀ ਅਤੇ ਰੋਸ਼ਨੀ ਹੋ ਜਾਂਦੀ ਸੀ ਇੱਕ ਅੱਧਾ ਜਿਵੇਂ ਉਹ ਦੱਸ ਰਹੇ ਸੀ ਉੱਪਰ ਤੁਸੀਂ ਲਾਈਟ ਬਾਲਦੇ ਹੋ ਤੇ ਓਹ ਵਾਓ ਕਿਵੇਂ ਭਾਜੀ ਆ ਉੱਪਰ ਦਾ ਆਇਓ ਤੇ ਅਸੀਂ ਆ ਨੀਚੇ ਲਾਈਟ ਉੱਪਰ ਹਨੇਰਾ ਨੀਚੇ ਰੱਖਿਓ ਲਾਈਟ ਇੱਕ ਵਾਰ ਉੱਪਰ ਹਨੇਰਾ ਜੇ ਤੁਸੀਂ ਹੁਣ ਦੇਖੋ ਤਾਂ ਅਸੀਂ ਉੱਪਰ ਲਾਈਟ ਕਰਨੀ ਆ 1 2 3 ਉਸ ਟਾਈਮ ਜਦੋਂ ਦੀਵੇ ਦੀਆਂ ਰੋਸ਼ਨੀਆਂ ਹੋਣੀਆਂ ਤੇ ਇਹਨੇ ਕਿੰਨਾ ਚਮਕਣਾ ਜਗਮਗ ਕਰਦਾ ਮਤਲਬ ਰੋਸ਼ਨੀ ਵਾਸਤੇ ਹੀ ਲਾਇਆ ਗਿਆ ਹਾਂਜੀ ਤੇ ਇੱਧਰ ਅੱਗੇ ਆ ਜਾਓ ਆਪਾਂ ਇਹ ਸਾਰੇ ਜਿੰਨਾ ਵੀ ਸ਼ੀਸ਼ ਮਹਿਲ ਸਾਰਿਆਂ 'ਚ
ਇੱਧਰ ਹੈ ਜਿਹੜੀ ਕਿਲੇ ਦੀ ਚਾਰ ਦੀਵਾਰੀ ਹੈ ਕੰਧਾਂ ਨੇ ਜਿਹੜੀਆਂ ਜੀ ਇਹ ਤੁਸੀਂ ਵੇਖ ਸਕਦੇ ਇੱਥੇ ਦਰਿਆਏ ਰਾਵੀ ਜਿਹੜਾ ਵਗਦਾ ਹੁੰਦਾ ਸੀ ਤੇ ਇਹ ਜਿਹੜੇ ਬਣਾਏ ਨੇ ਇੱਥੇ ਤੋਪਾਂ ਜਿਹੜੀ ਫੌਜ ਹੁੰਦੀ ਸੀ ਕਿਲੇ ਦੀਆਂ ਦੀਵਾਰਾਂ ਤੁਸੀਂ ਵੇਖ ਰਹੇ ਕਿੱਡੀਆਂ ਚੌੜੀਆਂ ਚੌੜੀਆਂ ਤੇ ਨਾਲ ਇੱਥੇ ਰਾਵੀ ਚੱਲਦਾ ਹੁੰਦਾ ਸੀ ਦਰਿਆਏ ਰਾਵੀ ਸਾਹਮਣੇ ਮਨਾਰੇ ਪਾਕਿਸਤਾਨ ਹੈ ਜਿੱਥੇ 23 ਮਾਰਚ 1940 ਨੂੰ ਕਰਾਰਦਾਦ ਪਾਸ ਹੋਈ ਸੀ ਪਾਕਿਸਤਾਨ ਬਣੇਗਾ ਤੇ ਇੱਧਰ ਕੈਮਰਾ ਅਗਰ ਮਾਰੀਏ ਤੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਬਾਦਸ਼ਾਹੀ ਮਸਜਿਦ ਹੈ ਸਮਾਧ ਮਹਾਰਾਜਾ ਅਜੀਤ ਸਿੰਘ ਉਹ ਵੀ ਇੱਥੇ ਨਜ਼ਰ ਆਉਂਦੀ ਤੇ ਹਾਂਜੀ ਤੇ ਇੱਥੋਂ ਸਾਰਾ ਲਾਹੌਰ ਚਟਾ ਉਹ ਦਿਸਦਾ ਹੋਣਾ ਹਾਂਜੀ ਤਾਂ ਹੀ ਨਾ ਉੱਚਾ ਬੁਰਜ ਲਾਹੌਰ ਦਾ ਇੱਕ ਉਹ ਵੀ ਤੇ ਹੈ ਨਾ ਕਿ ਦਾਲ ਦੱਸ ਹਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੀਆਂ ਤੇ ਕਿੰਨੇ ਬਾਰੀਆਂ ਨੇ ਹਾਂ ਦਾਲ ਦੱਸ ਹਾਂ ਸ਼ਹਿਰ ਲਾਹੌਰ ਅੰਦਰ ਉਹ ਤਾਂ ਹੀ ਹੈ ਨਾ ਗੱਲਾਂ ਉਹ ਕਹਾਵਤਾਂ ਸੱਚੀਆਂ ਕਹਾਵਤਾਂ ਨੇ ਅੱਜ ਆਪਣੀ ਅੱਖਾਂ ਨਾਲ ਦੇਖ ਕੇ ਤੇ ਹੁਣ ਉਹ ਮੁਹਾਵਰੇ ਉਹ ਕਹਾਵਤਾਂ ਯੂਜ਼ ਕਰਨ ਦਾ ਹੁਣ ਮਜ਼ਾ ਆਇਆ ਕਰਨਾ ਬਿਲਕੁਲ ਚਲੀਏ ਅੱਗੇ ਚਲੋ ਜੀ ਠੀਕ ਆ ਰਹੇ ਭਾਜੀ ਔਖਾ ਕੰਮ ਹੈ ਸਾਡੇ ਕੈਮਰਾਮੈਨ ਥੱਕ ਗਏ ਨੇ ਕੈਮਰਾਮੈਨ ਅਸੀਂ ਚੇਂਜ ਕਰ ਲਿਆ ਤੇ ਹੁਣ ਕੈਮਰਾਮੈਨ ਜੀ ਸਾਨੂੰ ਥੋੜਾ ਜਿਹਾ ਭਜਾ ਰਹੇ ਨੇ ਇਹ ਕੈਮਰਾਮੈਨ ਜਿਹੜੇ ਸਾਡੇ ਪਰਸਨਲ ਨੇ ਜੱਦੀ ਪੁਸ਼ਤੀ ਸਵਰਨ ਭਾਜੀ ਨੇ ਕੈਮਰੇ ਤੇ ਐ ਮੇਰੇ ਖਿਆਲ ਲਾਈਟ ਨਾ ਲਾਈ ਵੀ ਉਬਾਲ ਕੇ ਚੈੱਕ ਕਰਨ ਵਾਸਤੇ ਹੋ ਸਕਦਾ ਹੁਣ ਬੰਦ ਹੈ ਚਲ ਦੂਜੇ ਵੀ ਇੱਥੇ ਨੇ ਇੱਧਰ ਵੀ ਉਹੀ ਹੈ ਸੇਮ ਹੀ ਇੱਧਰ ਆ ਇਹਦਾ ਹਾਲ ਨੇ ਇੱਧਰੋਂ ਵੈਸੇ ਤੁਸੀਂ ਵੇਖੋ ਕਿਵੇਂ ਰੂਮ ਕਿਵੇਂ ਬਣੇ ਆ ਚਾਰ ਚਵੇਰੇ ਅਸੀਂ ਜਿਹੜਾ ਹਾਂਜੀ ਰੂਮ ਵੀ ਬਣੇ ਤੇ ਤੁਸੀਂ ਦੇਖੋ ਹੁਣ ਵੀ ਅੱਜ ਦੇ ਟਾਈਮ 'ਚ ਵੀ ਕਿੰਨੀ ਠੰਡਕ ਹੈ ਠੰਡਕ ਹੈ ਔਰ ਇਹ ਰੂਮ ਮਤਲਬ ਸਰਦੀ ਦੇ ਵਿੱਚ ਗਰਮ ਹੋਣਗੇ ਤੇ ਗਰਮੀ ਦੇ ਵਿੱਚ ਠੰਡੇ ਮਤਲਬ ਇਸ ਤਰ੍ਹਾਂ ਬਣਾਇਆ ਗਿਆ ਇਹ ਕਿਲੇ ਦੀਆਂ ਦੀਵਾਰਾਂ ਨੇ ਚਾਰ ਚਵੇਰੇ ਜਿਹੜੀਆਂ ਤੇ ਇਹ ਉੱਚੇ ਬੁਰਜ ਲਾਹੌਰ ਦੇ ਆ ਸਾਰੀ ਤੁਸੀਂ ਵੇਖ ਸਕਦੇ ਇੱਧਰ ਅਗਰ ਕੈਮਰਾ ਮਾਰਨ ਭਾਜੀ ਤੇ ਚਲੀਏ ਅੱਗੇ ਵੀ ਜਾਣਾ ਆਪਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਹਲੇ ਸੀਗਾ ਸਾਡਾ ਸ਼ੀਸ਼ ਮਹਿਲ ਸੇਮ ਜੇ ਰੂਮ ਨੇ ਸਾਰੇ ਇੰਟਰਕਨੈਕਟਡ ਆ ਨਾ ਤੇ ਇਧਰੋਂ ਵੜ ਜਾਓ ਉਧਰੋਂ ਚਲ ਜਾਓ ਉਧਰੋਂ ਵੜ ਜਾਓ ਇਧਰ ਚਲ ਜਾਓ ਹਾਂ ਇੰਜ ਹੀ ਲੱਗਦਾ ਜਿਵੇਂ ਉਸੇ ਉੱਥੇ ਕੀ ਘੁੰਮ ਰਹੇ ਗੱਲ ਤਾਂ ਹੋ ਰਿਹਾ ਹੁਣ ਆਪਾਂ ਅੱਗੇ ਚੱਲਾਂਗੇ ਦੀਵਾਨੇ ਖਾਸ ਤੇ ਦੀਵਾਨੇ ਆਮ ਆਮ ਜੀ